ਲੁਧਿਆਣਾ ਨਾਰਕੋਟਿਕ ਸੈੱਲ ਨੇ ਜੇਲ੍ਹ ਵਿਚੋਂ ਚੱਲ ਰਹੇ ਨਸ਼ਾ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਜੇਲ੍ਹ ਚ ਬੰਦ ਮੋਹਿਤ ਨਾਮਕ ਵਿਅਕਤੀ ਫੇਸਬੁੱਕ ਦੀ ਵੀਡੀਓ ਕਾਲਿੰਗ ਰਾਹੀਂ ਨਸ਼ਾ ਤਸਕਰੀ ਦਾ ਨੈਟਵਰਕ ਚਲਾ ਰਿਹਾ ਸੀ। ਇਹ ਪਰਦਾਫਾਸ਼ ਉਸ ਵੇਲੇ ਹੋਇਆ ਜਦੋਂ ਮੋਹਿਤ ਦੇ ਭਰਾ ਦਾਨਿਸ਼ ਵਰਮਾ ਨੂੰ ਨਾਰਕੋਟਿਕ ਸੈੱਲ ਵੱਲੋਂ 27 ਲੱਖ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਤਾਂ ਪੁੱਛਗਿੱਛ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ। ਨਸ਼ਾ ਤਸਕਰੀ ਦੇ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ, ਤਕਰੀਬਨ 4-5 ਸਾਲ ਤੋਂ ਜੇਲ੍ਹ ਦੇ ਵਿੱਚ ਹੈ। ਸਾਰਾ ਜੋ ਇਹ ਮਾਮਲਾ ਉੱਥੋਂ ਹੀ ਚੱਲਦਾ, ਨਸ਼ਾ ਤਸਕਰੀ ਦਾ ਥਰੂ ਇਹ ਨੈੱਟ ਦੇ ਚਲਾਉਂਦੇ ਨੇ ਦੋਨੇ ਭਰਾ, ਆਪਣੀ ਚੈਟ ਵੀਡੀਓ ਚੈਟਿੰਗ ਕਰਦੇ ਨੇ, ਇੰਟਰਨੈਟਿੰਗ ਥਰੂ ਕਰਦੇ ਨੇ, ਫੇਸਬੁੱਕ 'ਤੇ ਵੀ ਚਲਾ ਕੇ ਜੋ ਵੀ ਮੋਹਿਤ ਦੇ ਥਰੂ ਹੋ ਰਿਹਾ ਸਾਰਾ, ਜੋ ਇਹ ਸਾਰਾ ਮਾਮਲਾ ਹੈ ਜੇਲ੍ਹ ਦੇ ਅੰਦਰੋਂ ਬੈਠਾ ਹੀ ਕਰਾ ਰਿਹਾ। ਕੈਦੀ ਮੋਹਿਤ ਨਸ਼ਾ ਤਸਕਰੀ ਦੇ ਜੁਰਮ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਉਹ ਵਿਦੇਸ਼ ਤੋਂ ਪੜ੍ਹਾਈ ਕਰਕੇ ਆਏ ਭਰਾ ਕੋਲੋਂ ਵੀਡੀਓ ਕਾਲਿੰਗ ਰਾਹੀਂ ਨਸ਼ੇ ਦੀ ਡਿਲੀਵਰੀ ਕਰਵਾਉਂਦਾ ਸੀ। ਇਹ ਜਿਹੜਾ ਸੀਗਾ ਇਹ ਵੀਡੀਓ ਕਾਨਫਰੰਸ ਤੇ ਕਰਦਾ ਸੀ, ਵੀਡੀਓ ਕਾਨਫਰੰਸ ਤੇ ਮੋਹਿਤ ਜਿਹੜਾ ਹੈਗਾ ਆਪਣੇ ਭਰਾ ਨੂੰ ਵੈਨਿਸ਼ ਨੂੰ ਕਰਦਾ ਸੀ ਤੇ ਉਹਨੂੰ ਕਾਨਫਰੰਸ ਤੇ ਜਿਹੜਾ ਇਹਨੂੰ ਦੇਣ ਆਉਂਦਾ ਸੀ ਜਾਂ ਜੇ ਕਿਸੇ ਨਾਲ ਇਹਦਾ ਗਾਹਕ ਲੈਣ ਆਉਂਦਾ ਸੀ ਉਹਨੂੰ ਦੱਸਦਾ ਸੀ ਫਲਾਨੀ ਜਗ੍ਹਾ ਤੇ ਜਾ ਕੇ ਖੜ ਜਾ, ਇਹ ਜਿਹੜਾ ਵੈਨਿਸ਼ ਸੀ ਇਹ ਉੱਥੇ ਜਾ ਕੇ ਇਹਨੂੰ ਸਪਲਾਈ ਕਰਦਾ ਸੀ ਤੇ ਉੱਥੋਂ ਡਿਲੀਵਰੀ ਵੀ ਲੈ ਜਾਂਦਾ ਸੀ। ਕੈਦੀ ਮੋਹਿਤ ਨੂੰ ਨਾਰਕੋਟਿਕ ਸੈੱਲ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇਗਾ ਤੇ ਉਸ ਪਾਸੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫਿਰ ਤੋਂ ਸਵਾਲਾਂ ਹੇਠ ਘਿਰ ਗਈਆਂ ਨੇ। ਲੁਧਿਆਣਾ ਤੋਂ ਵਿਵੇਕ ਢੱਲ, ਖਬਰ ਹਰਪਲ ਇੰਡੀਆ ਲਈ।